ਸ਼ੰਭੂ ਬੈਰੀਅਰ ਤੇ 21 ਤਰੀਕ ਦੇ ਲਈ ਵੱਡੀ ਤਿਆਰੀ ਨਜ਼ਰ ਆ ਰਹੀ ਹੈ। ਪਿੱਛੇ ਤੁਸੀਂ ਨਜ਼ਰ ਮਾਰੋ ਕਿ ਇੱਕ ਵੱਡੀ ਜੇਸੀਬੀ ਮਸ਼ੀਨ ਹੈ ਜਿਹੜੀ ਉਹ ਸ਼ੰਭੂ ਬੈਰੀਅਰ ਤੇ ਲਿਆ ਕੇ ਖੜੀ ਕਰ ਦਿੱਤੀ ਗਈ ਹੈ। ਪਰ ਇਹ ਜੇਸੀਬੀ ਆਮ ਜੇਸੀਬੀ ਮਸ਼ੀਨਾਂ ਨਾਲੋਂ ਕੁਝ ਵੱਖਰੀ ਹੈ। ਇਹਦੇ ਆਸੇ ਪਾਸੇ ਲੋਹੇ ਦੀਆਂ ਮਜ਼ਬੂਤ ਚਾਦਰਾਂ ਲਾਈਆਂ ਗਈਆਂ ਡਰਾਈਵਰ ਦੇ ਲਈ, ਸੁਰੱਖਿਆ ਘੇਰਾ ਲਾਇਆ ਗਿਆ, ਪਿੱਛੇ ਚਾਦਰ ਲਾਈ ਗਈ ਹੈ। ਪੂਰੀ ਦੀ ਪੂਰੀ ਜੇਸੀਬੀ ਮਸ਼ੀਨ ਨੂੰ ਇੱਕ ਸੁਰੱਖਿਅਤ ਘੇਰਾ ਦਿੱਤਾ ਗਿਆ, ਟਾਇਰਾਂ ਨੂੰ ਕਵਰ ਕੀਤਾ ਗਿਆ ਤਾਂ ਕਿ ਅਗਰ ਟਾਇਰਾਂ ਤੇ ਕੋਈ ਫਾਇਰ ਹੁੰਦਾ ਜਾਂ ਟਾਇਰ ਪੈਂਚਰ ਹੋਣ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਇਹ ਚਾਦਰਾਂ ਉਸ ਨੂੰ ਬਚਾ ਸਕਣ। ਤਾਂ ਇੱਕ ਪਾਸੇ ਪੋਕਲੈਂਡ ਮਸ਼ੀਨ ਹੈ, ਦੂਜੇ ਪਾਸੇ ਇਹ ਜੇਸੀਬੀ ਮਸ਼ੀਨ ਹੈ, ਕਿਉਂਕਿ ਵੱਡੇ ਵੱਡੇ ਬੈਰੀਕੇਡ ਜਿਹੜੇ ਨੇ ਉਹ ਸ਼ੰਭੂ ਬੈਰੀਅਰ ਤੇ ਲਾਏ ਗਏ ਨੇ ਤਾਂ ਉਹ ਬੈਰੀਕੇਡ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ। ਤਾਂ ਉਹ ਬੈਰੀਕੇਡ ਟੁੱਟਣੇ ਕਿਵੇਂ ਨੇ? ਇਹ ਵੱਡੀਆਂ ਵੱਡੀਆਂ ਜੇਸੀਬੀ ਮਸ਼ੀਨਾਂ ਪੋਕਲੈਂਡ ਮਸ਼ੀਨਾਂ ਕਹਿੰਦੇ ਨੇ ਕਿ ਇਸੇ ਲਈ ਲਿਆਂਦੀਆਂ ਗਈਆਂ ਨੇ। ਦੇਖਦੇ ਹਾਂ 21 ਤਰੀਕ ਨੂੰ ਕੀ ਹਾਲਾਤ ਰਹਿਣਗੇ, ਕਿਉਂਕਿ ਕਿਸਾਨਾਂ ਨੇ 21 ਫਰਵਰੀ ਨੂੰ ਸਵੇਰੇ 11 ਵਜੇ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ। ਕੈਮਰਾਮੈਨ ਸਰਨਪ੍ਰੀਤ ਦੇ ਨਾਲ ਨਪਿੰਦਰ ਸਿੰਘ ਬਰਾ, ਨਿਊਜ਼ 18 ਸ਼ੰਭੂ ਬੈਰੀਅਰ। ਸ਼ੰਭੂ ਬੈਰੀਅਰ ਤੇ 21 ਤਰੀਕ ਦੇ ਲਈ ਵੱਡੀ ਤਿਆਰੀ ਨਜ਼ਰ ਆ ਰਹੀ ਹੈ। ਪਿੱਛੇ ਤੁਸੀਂ ਨਜ਼ਰ ਮਾਰੋ ਕਿ ਇੱਕ ਵੱਡੀ ਜੇਸੀਬੀ ਮਸ਼ੀਨ ਹੈ ਜਿਹੜੀ ਉਹ ਸ਼ੰਭੂ ਬੈਰੀਅਰ ਤੇ ਲਿਆ ਕੇ ਖੜੀ ਕਰ ਦਿੱਤੀ ਗਈ ਹੈ। ਪਰ ਇਹ ਜੇਸੀਬੀ ਆਮ ਜੇਸੀਬੀ ਮਸ਼ੀਨਾਂ ਨਾਲੋਂ ਕੁਝ ਵੱਖਰੀ ਹੈ। ਇਹਦੇ ਆਸੇ ਪਾਸੇ ਲੋਹੇ ਦੀਆਂ ਮਜ਼ਬੂਤ ਚਾਦਰਾਂ ਲਾਈਆਂ ਗਈਆਂ ਡਰਾਈਵਰ ਦੇ ਲਈ, ਸੁਰੱਖਿਆ ਘੇਰਾ ਲਾਇਆ ਗਿਆ, ਪਿੱਛੇ ਚਾਦਰ ਲਾਈ ਗਈ ਹੈ। ਪੂਰੀ ਦੀ ਪੂਰੀ ਜੇਸੀਬੀ ਮਸ਼ੀਨ ਨੂੰ ਇੱਕ ਸੁਰੱਖਿਅਤ ਘੇਰਾ ਦਿੱਤਾ ਗਿਆ, ਟਾਇਰਾਂ ਨੂੰ ਕਵਰ ਕੀਤਾ ਗਿਆ ਤਾਂ ਕਿ ਅਗਰ ਟਾਇਰਾਂ ਤੇ ਕੋਈ ਫਾਇਰ ਹੁੰਦਾ ਜਾਂ ਟਾਇਰ ਪੈਂਚਰ ਹੋਣ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਇਹ ਚਾਦਰਾਂ ਉਸ ਨੂੰ ਬਚਾ ਸਕਣ। ਤਾਂ ਇੱਕ ਪਾਸੇ ਪੋਕਲੈਂਡ ਮਸ਼ੀਨ ਹੈ, ਦੂਜੇ ਪਾਸੇ ਇਹ ਜੇਸੀਬੀ ਮਸ਼ੀਨ ਹੈ, ਕਿਉਂਕਿ ਵੱਡੇ ਵੱਡੇ ਬੈਰੀਕੇਡ ਜਿਹੜੇ ਨੇ ਉਹ ਸ਼ੰਭੂ ਬੈਰੀਅਰ ਤੇ ਲਾਏ ਗਏ ਨੇ ਤਾਂ ਉਹ ਬੈਰੀਕੇਡ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ। ਤਾਂ ਉਹ ਬੈਰੀਕੇਡ ਟੁੱਟਣੇ ਕਿਵੇਂ ਨੇ? ਇਹ ਵੱਡੀਆਂ ਵੱਡੀਆਂ ਜੇਸੀਬੀ ਮਸ਼ੀਨਾਂ ਪੋਕਲੈਂਡ ਮਸ਼ੀਨਾਂ ਕਹਿੰਦੇ ਨੇ ਕਿ ਇਸੇ ਲਈ ਲਿਆਂਦੀਆਂ ਗਈਆਂ ਨੇ। ਦੇਖਦੇ ਹਾਂ 21 ਤਰੀਕ ਨੂੰ ਕੀ ਹਾਲਾਤ ਰਹਿਣਗੇ, ਕਿਉਂਕਿ ਕਿਸਾਨਾਂ ਨੇ 21 ਫਰਵਰੀ ਨੂੰ ਸਵੇਰੇ 11 ਵਜੇ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ। ਕੈਮਰਾਮੈਨ ਸਰਨਪ੍ਰੀਤ ਦੇ ਨਾਲ ਨਪਿੰਦਰ ਸਿੰਘ ਬਰਾ, ਨਿਊਜ਼ 18 ਸ਼ੰਭੂ ਬੈਰੀਅਰ।